सतनाम श्री वाहेगुरु साहिब जी तिलांगा कर दूजा महला पांजवा तुद बिन दूजा नाहीं कोई तू करे तार करे सो हो तुद बिन दूजा नाहीं कोई तू करे तार करे सो हो तेरा जोर तेरी मन टेका सदा सदा जप नानक एक सब ऊपर पर ब्रह्म दाता तेरी टेक तेरा आधार रहो है तू हो अगम अगद ऊच अपार जो तुध सेव है तिन पौ दुख नाहे गुर प्रसाद नानक गुण गाहे जो दीस सो तेरा रूप गुण निदान गोविंद अनूप सिमर 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 जन सोए नानक कर्म प्राप्त होए जिन जपिया तिस को बलिहारा तिस कै संग तरे संसार कौ नानक प्रभ लोचापुर संत जना की बांच तूर कौ नानक प्रभ लोचापुर संत जना की बांच तूर वाहे गुरु जी।
ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਗਲ ਦੁਆਰ ਕੋ ਛਾਡ ਕੇ ਗਹਿ ਤੁਹਾਰੋ ਦਾਰ ਮਾਹ ਗਹਿ ਕੀ ਲਾਜ ਅਸੈ ਗੋਵਿੰਦ ਦਾਸ ਤੁਹਾਰ ਮਾਹ ਗਹਿ ਕੀ ਲਾਜ ਅਸੈ ਗੋਵਿੰਦ ਦਾਸ ਤੁਹਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਅਥ ਚਤੁਰਦਸਮੋ ਗੁਰਨਾਮ ਰਸਾਵਲ ਛੰਦ ਚਲਿਓ ਦੱਤ ਰਾਜੰਗ ਲਖੇ ਪਾਪ ਭਾਜੰ ਚਲਿਓ ਦੱਤ ਰਾਜੰਗ ਲਖੇ ਪਾਪ ਭਾਜੰ ਜਿਨੇ ਨੇਕ ਪੇਖਾ ਗੁਰੂ ਤੂਲ ਲੇਖਾ ਮਹਾਂ ਜੋਤ ਰਾਜੇ ਲਖੇ ਪਾਪ ਭਾਂਜੇ ਮਹਾਂ ਤੇਜ ਸੋਹੈ ਸੂਤੂਲ ਕੋ ਕੋਹੇ ਜਿਨੇ ਨੇਕ ਪੇਖਾ ਮਨੋ ਮੈਨ ਦੇਖਾ ਸਹੀ ਬ੍ਰਹਮ ਜਾਨਾ ਨ ਦ੍ਵੈ ਭਾਉ ਆਨਾ ਰਿਜੀ ਸਰਬ ਨਾਰੀ ਮਹਾਂ ਤੇਜ ਧਾਰੀ ਨ ਹਾਰੰਗ ਸੰਹਾਰੇ ਨ ਚਿਰਿਓ ਚਿਤਾਰੇ ਚਲੀ ਧਾਏ ਐਸੇ ਨਦੀ ਨਾਉ ਜੈਸੇ ਜੁਆ ਬਿਰਦ ਬਾਲੇ ਰਹੀ ਕੌਣ ਆਲੇ ਲਹੀ ਏਕ ਨਾਰੀ ਸੋ ਧਰਮਾ ਦਿਖਾਰੀ ਕਿਦੋ ਪਾਰਵਤੀ ਛੈ ਮਨੋਵਾਸ ਵੀ ਹੈ ਕਿਦੋ ਪਾਰਵਤੀ ਛੈ ਮਨੋਵਾਸ ਵੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਹੀਂ ਪ੍ਰਕਾਸ਼ ਹਮਾਰਾ ਭਇਓ ਪਟਨਾ ਸ਼ਹਿਰ ਵਿਖੇ ਪਾਉ ਲਹਿਓ ਹੇਮਕੁੰਡ ਦੇ ਤਪਸਵੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਸ ਪਾਵਨ ਸਥਾਨ 'ਤੇ ਅਵਤਾਰ ਧਾਰਿਆ। ਅਵਤਾਰ ਧਾਰਨ ਤੋਂ ਬਾਅਦ ਸਤਿਗੁਰੂ ਜੀ ਮਹਾਰਾਜ ਜੀ ਜਦੋਂ ਪੰਜਾਬ ਨੂੰ ਜਾਣ ਲੱਗੇ ਨਗਰ ਨਿਵਾਸੀ ਸੰਗਤਾਂ ਨੂੰ ਪਤਾ ਲੱਗਿਆ ਬੇਨਤੀ ਕੀਤੀ ਸਤਿਗੁਰੂ ਜੀ ਮਹਾਰਾਜ ਜੀ ਆਪ ਜੀ ਪੰਜਾਬ ਨੂੰ ਜਾ ਰਹੇ ਹੋ ਸਾਡਾ ਨਿਯਮ ਬਣ ਚੁੱਕਿਆ ਹੈ ਆਪ ਜੀ ਦਾ ਦਰਸ਼ਨ ਕਰਕੇ ਹੀ ਅਸੀਂ ਅੰਨ ਜਲ ਛਕਦੇ ਹਾਂ ਕਿਰਪਾ ਕਰੋ ਸਾਨੂੰ ਇੱਥੇ ਹੀ ਸਦਾ ਲਈ ਦਰਸ਼ਨ ਦੀਦਾਰ ਬਖਸ਼ੋ। ਸਤਿਗੁਰੂ ਜੀ ਮਹਾਰਾਜ ਜੀ ਸੰਗਤਾਂ ਨੂੰ ਧੀਰਜ ਦਿੰਦਿਆਂ ਹੋਇਆਂ ਫੁਰਮਾਇਆ ਕਿ ਅਸੀਂ ਬਾਲ ਅਵਸਥਾਏ ਪੰਗੂਰਾ ਸਾਹਿਬ 'ਤੇ ਬਿਰਾਜਮਾਨ ਹੋ ਰਿਹਾ ਹਾਂ ਅਤੇ ਆਪਣੇ ਸਾਰੇ ਗਾਤਰੇ ਦਾ ਸ਼ਸਤਰ ਛੱਡ ਕੇ ਜਾ ਰਿਹਾ ਹਾਂ ਜੋ ਸ਼ਰਧਾ ਭਾਵਨਾ ਦੇ ਨਾਲ ਸਾਡੇ ਸ਼ਸਤਰਾਂ ਦੇ ਦਰਸ਼ਨ ਕਰੇਗਾ ਉਹਨਾਂ ਨੂੰ ਸਾਡੇ ਦਰਸ਼ਨਾਂ ਦੇ ਪ੍ਰਤੱਖ ਫਲ ਪ੍ਰਾਪਤ ਹੋਵੇਗਾ। ਆਖੋ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਫੇਰ ਆਖੋ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਹ ਹਨ ਬਾਲ ਅਵਸਥਾ ਦੇ ਸ਼ਸਤਰ ਆਓ ਆਪਾਂ ਦਰਸ਼ਨ ਕਰੀਏ। ਬੋਲੇ ਸੋਨੇਹਾ ਇਹ ਹੈ ਸੈਭ ਸਤਿਗੁਰ ਜੀ ਗਾਤਰੇ ਧਾਰਨ ਕਰਿਆ ਕਰਦੇ ਸਨ ਇਹ ਹੈ ਦੋ ਚੱਕਰ ਦੁਮਾਲੇ ਉੱਤੇ ਦਸਤਾਰ ਉੱਤੇ ਸਜਾਇਆ ਕਰਦੇ ਸਨ
ਇਹ ਹੈ ਚੱਕਰੀ ਦੁਮਾਲੇ ਦੇ ਹੇਠਾਂ ਕੇਸਾਂ ਦੇ ਜੂੜੇ ਵਿੱਚ ਸਜਾਇਆ ਕਰਦੇ ਸਨ। ਇਹ ਹੈ ਖੰਡਾ ਦੁਮਾਲੇ ਉੱਤੇ ਦਸਤਾਰ ਉੱਤੇ ਸਾਹਮਣੇ ਸਜਾਇਆ ਕਰਦੇ ਸਨ। ਇਹ ਹੈ ਚੰਦਨ ਦਾ ਕੰਘਾ ਇਹਦੇ ਨਾਲ ਸਤਿਗੁਰੂ ਜੀ ਕੇਸ ਸਾਫ਼ ਕਰਿਆ ਕਰਦੇ ਸਨ। ਇਹ ਹੈ ਖੰਜਰ ਇਹਦਾ ਦੂਜਾ ਨਾਮ ਬਾਗ ਨਖੀ ਹੈ ਸਤਿਗੁਰੂ ਜੀ ਕਮਰ ਕਸੇ ਵਿੱਚ ਸਜਾਇਆ ਕਰਦੇ ਸਨ। ਇਹ ਹੈ ਕਟਾਰ ਸਤਿਗੁਰ ਜੀ ਦਾ ਕਮਰ ਕਸੇ ਦਾ ਸ਼ਸਤਰ ਹੈ। ਇਹ ਹੈ ਮਿੱਟੀ ਦਾ ਗੁਲੇਲਾ ਇਹਦੇ ਨਾਲ ਸਤਿਗੁਰ ਜੀ ਬਾਲ ਅਵਸਥਾ ਵਿੱਚ ਚੋਜ ਕਰਿਆ ਕਰਦੇ ਸਨ। ਸਾਹਮਣੇ ਮਾਤਾ ਜੀ ਦਾ ਖੂਹ ਹੈ, ਨਗਰ ਨਿਵਾਸੀ ਬੀਬੀਆਂ ਉਸ ਖੂਹ ਤੋਂ ਜਲ ਭਰ ਕੇ ਆਪਣੇ ਘਰਾਂ ਨੂੰ ਵਾਪਸ ਜਾਂਦੀਆਂ। ਸਤਿਗੁਰੂ ਜੀ ਮਹਾਰਾਜ ਜੀ ਗੁਲੇਲੇ ਮਾਰ ਕੇ ਉਹਨਾਂ ਦੇ ਘਰੇ ਤੋੜ ਦਿੰਦੇ ਹਨ। ਬੀਬੀਆਂ ਨੇ ਮਾਤਾ ਜੀ ਕੋਲ ਜਾ ਕੇ ਬੇਨਤੀ ਕੀਤੀ, ਮਾਤਾ ਜੀ ਅਸੀਂ ਗਰੀਬ ਪਰਿਵਾਰ ਹਾਂ, ਲਾਲ ਜੀ ਸਾਡੇ ਗੁਲੇਲੇ ਮਾਰ ਕੇ ਘਰਾਂ ਤੋੜ ਦਿੰਦੇ ਹਨ। ਮਾਤਾ ਜੀ ਕਹਿਣ ਲੱਗੇ, ਤੁਸੀਂ ਲੋਹੇ ਤਾਂਬੇ ਪਿੱਤਲ ਦੇ ਘਰਾਂ ਲਿਆਓ, ਮਿੱਟੀ ਦੇ ਗੁਲੇਲਿਆਂ ਦੇ ਨਾਲ ਨਹੀਂ ਟੁੱਟਣਗੇ। ਬੀਬੀਆਂ ਲੋਹੇ ਤਾਂਬੇ ਪਿੱਤਲ ਦੇ ਘਰਾਂ ਲਿਆਉਣ ਲੱਗੀਆਂ। ਸਤਿਗੁਰੂ ਜੀ ਮਹਾਰਾਜ ਜੀ ਲੋਹੇ ਦੇ ਚਾਰ ਤੀਰ ਤਿਆਰ ਕਰ ਲਏ। ਕੁਛ ਸਮੇਂ ਬੀਤਣ ਦੇ ਬਾਅਦ ਇੱਕ ਬੀਬੀ ਜਲ ਭਰ ਕੇ ਜਾ ਰਹੀ ਸੀ। ਸਤਿਗੁਰੂ ਜੀ ਨੇ ਮਾਰਿਆ ਤੀਰ, ਘੜਾ ਟੁੱਟ ਗਿਆ। ਬੀਬੀ ਬਹਿ ਕੇ ਰੋਣ ਲੱਗੀ। ਹਵੇਲੀ ਵਿੱਚੋਂ ਮਾਤਾ ਜੀ ਬਾਹਰ ਨਿਕਲੇ, ਵੇਖਿਆ ਲਾਲ ਜੀ ਉਹ ਰੋਂਦੀ ਹੈ, ਤੁਸੀਂ ਹੱਸ ਰਹੇ ਹੋ। ਹਾਂ ਮਾਤਾ ਜੀ, ਅਸੀਂ ਕੋਈ ਹਾਸੀ ਮਖੌਲ ਨਹੀਂ ਕੀਤਾ, ਅਸੀਂ ਤਾਂ ਭਲਾ ਹੀ ਕੀਤਾ ਹੈ। ਇਹਦੇ ਘਰ ਵਿੱਚ ਜ਼ਹਿਰੀਲਾ ਸੱਪ ਸੀ, ਅਸੀਂ ਸੱਪ ਨੂੰ ਮਾਰਿਆ ਹੈ। ਮਾਤਾ ਜੀ ਸੰਗਤਾਂ ਦੇ ਨਾਲ ਕੋਲ ਜਾ ਕੇ ਵੇਖਿਆ, ਵਾਕੇ ਹੀ ਤੀਰ ਦੇ ਨੁਖੀ ਨਾਲ ਸੱਪ ਰਿਣਿਆ ਹੋਇਆ ਮਰਿਆ ਹੋਇਆ ਹੈ। ਸਾਰੇ ਸੰਗਤਾਂ ਦੀਆਂ ਸਿਰ ਸ਼ਰਧਾ ਦੇ ਨਾਲ ਚੁੱਕ ਗਏ। ਮਾਤਾ ਜੀ ਨੇ ਬਚਨ ਕੀਤਾ, ਹੋਵੇ ਨਾ ਖੂਹ ਦਾ ਜਲ ਹੀ ਖਾਰਾ ਹੋ ਜਾਏ। ਮਾਤਾ ਜੀ ਦੇ ਮੁਖੋਂ ਬਚਨ ਨਿਕਲਣ ਦੇਰ ਸੀ, ਖੂਹ ਦਾ ਜਲ ਖਾਰਾ ਹੋ ਗਿਆ। ਨਗਰ ਨਿਵਾਸੀ ਸੰਗਤਾਂ ਨੇ ਬੇਨਤੀ ਕੀਤੀ, ਮਾਤਾ ਜੀ ਇਸੀ ਜਲ ਦੇ ਨਾਲ ਸਾਡੇ ਕਾਮ ਕਾਰਜ ਸਰਦੇ ਸਨ, ਕਿਰਪਾ ਕਰੋ ਬਚਨ ਕਰ ਦਿਓ, ਖੂਹ ਦਾ ਜਲ ਮਿੱਠਾ ਹੋ ਜਾਏ। ਮਾਤਾ ਜੀ ਨੇ ਕਿਹਾ ਕਿ ਜੋ ਬਚਨ ਹੋਣਾ ਸੀ ਹੋ ਗਿਆ। ਹਾਂ ਤੁਸੀਂ ਬੇਨਤੀ ਕੀਤੀ ਹੈ, ਅਸੀਂ ਬਚਨ ਕਰਦੇ ਹਾਂ ਕਿ ਦੂਰੋਂ ਨੇੜੋਂ ਸੰਗਤਾਂ ਇਸ ਪਾਵਨ ਅਸਥਾਨ 'ਤੇ ਦਰਸ਼ਨ ਦੀਦਾਰ ਕਰਨ ਵਾਸਤੇ ਆਉਣਗੀਆਂ, ਫਿਰ ਖੂਹ ਦਾ ਜਲ ਮਿੱਠਾ ਹੋ ਜਾਏਗਾ। ਮਾਤਾ ਜੀ ਦੇ ਬਚਨ 47 ਤੋਂ ਬਾਅਦ ਪੂਰੇ ਹੋਏ। ਹੁਣ ਖੂਹ ਦਾ ਜਲ ਮਿੱਠਾ ਹੈ, ਸੰਗਤਾਂ ਅੰਮ੍ਰਿਤ ਰੂਪ ਜਾਣ ਕੇ ਚੂਲੇ ਲੈਂਦੇ ਹਨ।
ਇਹ ਹੈ ਆਲੇ ਦੁਆਲੇ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦੇ ਖਰਾਓ ਵਿਚਕਾਰ ਛੋਟੀਆਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਖਰਾਉਣ ਆਓ ਆਪਾਂ ਦਰਸ਼ਨ ਕਰੀਏ। बोले सोनेहा इहं श्री गुरु तेग बहादुर जी महाराज जी दे चरण कमल दे खराओ चंदन दे बने हुए हैं। बोले सोनेहा इहं श्री गुरु गोबिंद सिंह जी महाराज जी दे चरण कमल दे खराओ हाथी दंदियां बनिया हुई हैं। यह ਭਗਤ ਕਬੀਰ ਜੀ ਦੀ ਖੱਡੀ, ਇਹਦੇ ਨਾਲ ਭਗਤ ਕਬੀਰ ਜੀ ਕਪੜਾ ਬੁਨਿਆ ਕਰਦੇ ਸਨ। ਕਾਸ਼ੀ ਵਿੱਚ ਇੱਕ ਮਾਤਾ ਜੀ ਕੋਲ ਸੀ, ਉਹਨਾਂ ਨੇ ਤਖ਼ਤ ਸਾਹਿਬ 'ਤੇ ਭੇਟ ਕਰ ਦਿੱਤੀ, ਕਬੀਰ ਜੀ ਦੀ ਯਾਦਗਾਰ ਬਣੀ ਰਹੇ। ਅੰਦਰੀ ਪਰਿਕਰਮਾ ਕਰੋਗੇ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ 15 ਸਾਲ ਅਵਸਥਾ ਹੈ, ਚੋਲਾ ਸਾਹਿਬ ਹੈ, ਸੀਸੇ ਵਿੱਚ ਜੜਿਆ ਹੋਇਆ ਹੈ। ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਤੋਂ ਇਲਾਵਾ ਹੋਰ ਵੀ ਗੁਰਦੁਆਰੇ ਹਨ। ਪਹਿਲਾ ਗੁਰਦੁਆਰਾ ਹੈ ਗਊਘਾਟ, ਦੂਜਾ ਗੁਰਦੁਆਰਾ ਹੈ ਕੰਗਨ ਘਾਟ, ਤੀਜਾ ਗੁਰਦੁਆਰਾ ਹੈ ਬਾਲ ਲੀਲਾ, ਚੌਥਾ ਗੁਰਦੁਆਰਾ ਹੈ ਗੁਰੂ ਕਾ ਬਾਗ, ਪੰਜਵਾਂ ਗੁਰਦੁਆਰਾ ਹੈ ਹਾਂਡੀ ਸਾਹਿਬ ਦਾਨਾਪੁਰ, ਛੇਵਾਂ ਗੁਰਦੁਆਰਾ ਹੈ ਸੋਨਾ ਟੋਲੀ ਅਤੇ ਸੱਤਵਾਂ ਗੁਰਦੁਆਰਾ ਹੈ ਸੀਤਲ ਕੁੰਡ ਰਾਜਗੀਰ। ਇਹ ਹਨ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦੇ ਹੁਕਮਨਾਮੇ ਅਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਹੁਕਮਨਾਮੇ ਹਨ। ਇਹ ਹਨ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦੇ ਹੁਕਮਨਾਮੇ। ਇਹ ਹਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਹੁਕਮਨਾਮੇ। ਇਸੇ ਤਰ੍ਹਾਂ ਹੋਰ ਵੀ ਹੁਕਮਨਾਮੇ ਹਨ। ਹੁਣ ਕਰਾ ਪ੍ਰਸ਼ਾਦੀ ਦੇਗ ਵਰਤ ਰਹੀ ਹੈ, ਬਿਲਾਵਲ ਦੀ ਚੌਂਕੀ ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਡੰਡੌਤ ਬੰਦਨ ਨਿਕਲਬਾ ਸਰਬ ਕਲਾ ਸਰਬ ਕਲਾ ਸਮਰਥ ਡੋਲਨ ਤੇਰਾ ਪ੍ਰਭੂ ਨਾਨਕ ਦੇ ਕਰ ਹੱਥ ਆਨੰਦ ਗੁਣ ਨਿਧਾਨ ਆਨੰਦ ਗੁਣ ਨਿਧਾਨ ਗੁਰੂ ਗਰੀਬ ਨਿਵਾਜ ਗਰੀਬ ਨਿਵਾਜ ਗਰੀਬ ਨਿਵਾਜ ਹੇ ਗੋਬਿੰਦ
अंध कूप महाप्रयान। हे गोविंद, हे गोपाल, हे दयाल लाल, प्राण नाथ अनाथ सखे, दीन दर्द निवार। हे समर्थ अगम पूरन मोहे मयाता, अंधकूप महाप्रयान। नानक पार उतार, अंधकूप महाप्रयान, अंधकूप महाप्रयान, अंधकूप महाप्रयान, अंधकूप महाप्रयान, नानक पार उतार, नानक पार उतार, नानक पार उतार। हे गोविंद, हे गोपाल, हे गोविंद, हे गोपाल, हे दयाल Gopal।